ਕਹਿੰਦੇ ਨੇ ਪੁੱਤਰ ਮਿੱਠੜੇ ਮੇਵੇ ਤੇ ਧੀਆਂ ਮਿਸ਼ਰੀ ਦੀਆਂ ਡਲੀਆਂ। ਜਿਸ ਘਰ ਧੀ ਨਹੀਂ ਕਹਿੰਦੇ ਉਸ ਘਰ ਦੀਆਂ ਦਹਿਲੀਜ਼ਾਂ ਕੁਆਰੀਆਂ ਰਹਿ ਜਾਂਦੀਆਂ ਨੇ। ਜੋ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਖੰਨਾ ਦੇ ਇੱਕ ਪਰਿਵਾਰ ਦੀ ਹੈ, ਜਿਸਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ। ਖੁਸ਼ੀ ਦਾ ਕਿਵੇਂ ਮਾਹੌਲ ਹੈ ਇਸ ਘਰ ਦੇ ਵਿੱਚ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਂਦੇ ਹਾਂ। ਜਦੋਂ ਪਹਿਲੀ ਵਾਰ ਨਵਜਨਮੀ ਧੀ ਨੂੰ ਘਰ ਲਿਆਂਦਾ ਗਿਆ ਤਾਂ ਢੋਲ ਧਮੱਕੇ ਦੇ ਨਾਲ ਨੱਚ ਟੱਪ ਕੇ ਫੁੱਲਾਂ ਦੀ ਵਰਖਾ ਕਰਕੇ ਰਿਬਨ ਕੱਟ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਪਰਿਵਾਰ ਦੇ ਵੱਲੋਂ ਕੀਤਾ ਗਿਆ। ਬੱਚੇ ਦੇ ਦਾਦਾ ਦੀਦਾਰ ਸਿੰਘ ਬਲ, ਪਿਤਾ ਬਲਪ੍ਰੀਤ ਸਿੰਘ ਅਤੇ ਬੱਚੀ ਦੀ ਮਾਂ ਨੇ ਕਿਹਾ ਕਿ ਸਾਡਾ ਇਹ ਉਹਨਾਂ ਲੋਕਾਂ ਨੂੰ ਸੁਨੇਹਾ ਜੋ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਦਿੰਦੇ ਨੇ। ਧੀ ਕਦੇ ਵੀ ਮਾਪਿਆਂ 'ਤੇ ਬੋਝ ਨਹੀਂ ਹੁੰਦੀ, ਧੀਆਂ ਦਾ ਸਤਿਕਾਰ ਕਰੋ ਅਤੇ ਪੁੱਤਰਾਂ ਵਾਂਗ ਉਹਨਾਂ ਦੀ ਪਰਵਰਿਸ਼ ਕਰੋ। ਮੇਰਾ ਨਾਮ ਦੀਦਾਰ ਸਿੰਘ ਬੱਲ ਹੈ ਜੀ। ਦੀਦਾਰ ਜੀ, ਕੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈਗੀ ਪੋਤੀ ਨੇ ਜਨਮ ਲਿਆ, ਢੋਲ ਧਮੱਕੇ ਨਾਲ ਤੁਸੀਂ ਸਵਾਗਤ ਕੀਤਾ? ਬਿਲਕੁਲ ਜੀ, ਕਿਉਂਕਿ ਵੀ ਜਿਹੜਾ ਢੋਲ ਧਮੱਕਾ ਢੋਲ ਹੈ ਇਹ ਸਾਡੀ ਪੰਜਾਬੀਆਂ ਦੀ ਪਹਿਚਾਣ ਹੈ ਅਤੇ ਸਾਡੇ ਖੁਸ਼ੀਆਂ ਦੇ ਵਿੱਚ ਦੁੱਗਣੀ ਚੌਗਣੀ ਤਰੱਕੀ ਲੈ ਕੇ ਆਉਂਦੀ ਹੈ ਅਤੇ ਉਸ ਦੀ ਢੋਲ ਦੇ ਨਗਾਰੇ 'ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਏ ਹਾਂ ਅਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮੁਹੱਲਾ ਨਿਵਾਸੀਆਂ ਨੇ ਗੁਰਤੇਗ ਬਹਾਦਰ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈ ਹੈ ਪੋਤੀ ਦੀ, ਵੀ ਸਾਨੂੰ ਬੜੀ ਖੁਸ਼ੀ ਹੈ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਦਿਨ ਦੁਨੀਆਂ ਚੌਕੜੀ ਤਰੱਕੀ ਬਖਸ਼ੇ। ਵੇਖਣ ਵਾਲੇ ਐਪ ਭੁਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਹੈ। ਬਿਲਕੁਲ ਜੀ, ਸਾਰੇ ਸ਼ਹਿਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗੁਬਾਰਿਆਂ ਨਾਲ ਭਰੀ ਪਈ ਹੈ ਵੀ ਇਹ ਕਾਹਦੇ ਸੰਬੰਧ ਵਿੱਚ ਗੱਡੀ ਜਾ ਰਹੀ ਹੋਣੀ ਹੈ। ਉਹ ਜਦੋਂ ਫਿਰ ਬਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਬਲ ਸਾਹਿਬ ਆਪਣੇ ਜਾ ਰਹੇ ਨੇ ਵੀ ਕੋਈ ਵਧੀਆ ਕੋਈ ਪ੍ਰੋਬਲਮ ਹੈ, ਪਰ ਸਮਝ ਨਹੀਂ ਆਉਂਦੀ ਕਿਸੇ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ। ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਹੈ ਬੱਚੀ ਨੇ ਜਨਮ ਲਿਆ? 35 ਸਾਲ ਬਾਅਦ ਜੀ ਪੂਰੇ। ਤੁਹਾਡੀ ਪੋਤੀ ਹੈ? ਪੋਤੀ, ਹਾਂਜੀ। ਯਾਨੀ ਇਸ ਪਰਿਵਾਰ 'ਚ ਪਹਿਲਾਂ ਸਾਰੇ ਬੇਟੇ ਹੀ ਸੀਗੇ? ਹਾਂਜੀ, ਬੇਟੇ ਸਾਰੇ ਜੀ। ਸਿਰਫ ਕੀ ਸਮਾਜ ਨੂੰ ਕੀ ਮੈਸੇਜ ਦਿਓਗੇ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਧੀਆਂ ਹੋਣ 'ਤੇ ਲੋਕ ਇਹ ਕਹਿ ਦਿੰਦੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ, ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ। ਬਿਲਕੁਲ ਜੀ, ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ, ਜਿੱਥੇ ਤੱਕ 700 ਸਮੁੰਦਰ ਪਾਰ ਦੁਨੀਆ ਰਹਿੰਦੀ ਹੈ, ਹਰ ਵਰਗ ਨੂੰ ਅਤੇ ਹਰ ਧਰਮ ਦਿਆਂ ਨੂੰ ਕਿ ਭਾਈ ਧੀਆਂ ਦਾ ਸਤਿਕਾਰ ਕਰੋ। ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ, ਪੜ੍ਹਦੀਆਂ ਨੇ, ਲਿਖ ਕੇ ਕੋਈ ਪਾਇਲਟ ਬਣਦੇ, ਕੋਈ ਇੰਜੀਨੀਅਰ ਬਣਦੇ, ਕੋਈ ਡਾਕਟਰ ਬਣਦੀ ਹੈ ਅਤੇ ਇਹਨਾਂ ਦੀ ਸਾਂਝ ਨਾਲ ਹੀ ਦੁਨੀਆ ਚੱਲਣੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ, ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਜਾਣਾ। ਜਿਹਨਾਂ ਦੀ ਪੇਟ ਦੇ ਵਿੱਚੋਂ, ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ, ਪੀਰ ਪੈਗੰਬਰ, ਸਿੰਘ ਯੋਧਿਆਂ ਨੇ, ਗੁਰੂਆਂ ਨੇ ਜਨਮ ਲਿਆ, ਇਹ ਉਹ ਧੀ ਹੈ। ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ। ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਅਤੇ ਧੀਆਂ ਦਾ ਸਤਿਕਾਰ ਕਰੋ, ਬਹੁਤ ਹੀ ਸਤਿਕਾਰ ਕਰੋ ਅਤੇ ਬੜਾ ਹੀ ਪਿਆਰ ਕਰੋ। ਕੀ ਨਾਮ ਹੈ? ਮੈਂ ਬਲਪ੍ਰੀਤ ਸਿੰਘ ਹੈ। ਜਿਹੜੀ ਹੈਗੀ ਆ, ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ? ਦੇਖੋ ਜੀ, ਜੇ ਆਪਣੀ ਗੱਲਾਂ ਮੈਂ, ਮੇਰੇ ਵਾਈਫ ਨੇ 7 ਸਾਲ ਦਾ ਇੱਕ ਬੇਟਾ, ਮੇਰਾ 7 ਸਾਲ ਮੇਰੀ ਧੀ ਹੋਏ ਆ। ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਆਈਏ ਤਾਂ ਸਾਡੀ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਦਿੱਤੇ। ਕੀ ਕਹਿਣਾ ਚਾਹੋਗੇ? ਤੁਹਾਡੇ ਫਾਦਰ ਸਾਹਿਬ ਵੀ ਬੜੇ ਖੁਸ਼ ਸੀਗੇ, ਬੜੇ ਢੋਲ ਢਮੱਕੇ ਨਾਲ ਲਿਆਂਦਾ ਗਿਆ। ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ, ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲ ਢਮੱਕੇ ਨਾਲ ਆਪਣੀ ਧੀ ਦਾ ਸਵਾਗਤ ਕੀਤਾ। ਬਿਲਕੁਲ ਬਿਲਕੁਲ, ਅਤੇ ਮੇਰਾ 7 ਸਾਲ ਦਾ ਬੇਟਾ ਵੀ ਹੈ, ਅਤੇ ਜਿੰਨੀ ਮੈਨੂੰ ਬੇਟੇ ਦੀ ਇੰਨੀ ਖੁਸ਼ੀ ਨਹੀਂ ਹੋਈ, ਮੇਰਾ ਬੱਚਾ ਹੋਇਆ। ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅੱਗੇ ਮੇਰੀ ਬੇਟੀ ਹੋ ਗਈ, ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਊਂਗਾ, ਕਿਉਂਕਿ ਪਲੈਨ ਜਦੋਂ ਬੇਟਾ ਹੋਇਆ ਪਤਾ ਲੱਗੀ ਜਾਂਦਾ ਬੱਚੇ ਪੁੱਤਾਂ ਨਾਲੋਂ ਵੱਧ ਤਾਂ ਧੀਆਂ ਹੀ ਕਰਦੀਆਂ ਨੇ, ਜੋ ਮੈਂ ਕਿਸੇ ਬੱਚੇ ਨੂੰ ਬੇਟੀ ਵੀ ਬਣਾਉਣਾ ਅਕਸਰ ਇੰਨਾ ਪਿਆਰ ਲੈਂਦੀਆਂ ਨੇ। ਅਤੇ ਬਸ ਇੱਦਾਂ ਹੀ ਸੀਗਾ ਮਨ 'ਚ ਵੀ ਸਾਡੇ ਘਰ ਵੀ ਧੀ ਹੋਵੇ, ਵੀ ਅਸੀਂ ਪਿਆਰ ਕਰੀਏ, ਸਾਡਾ ਕਰੇ ਅਸੀਂ ਉਹਦਾ ਕਰੀਏ, ਬਸ ਇਹ ਚਾਅ ਦੇ ਵਿੱਚ ਅਸੀਂ
ਧੀ ਨੂੰ ਅਰਦਾਸਾਂ ਕਰਨੀ ਸ਼ੁਰੂ ਕਰਤੀਆਂ। ਅਸੀਂ ਪਤਾ ਨਹੀਂ ਕਿੰਨੇ ਗੁਰਦੁਆਰੇ ਬਾਬਾ ਦੀਪ ਸਿੰਘ ਦੇ ਜੋਤ ਲਾਉਣ ਜਾਂਦੇ ਸੀ ਘਰੇ। ਤੁਸੀਂ ਪਰਮਾਤਮਾ ਤੋਂ ਮੰਗ ਕੀਤੀ ਲਈ ਹੈ ਕਹਿੰਦਾ ਮਤਲਬ ਅਰਦਾਸਾਂ ਕਰ ਕਰ? ਹਾਂਜੀ ਹਾਂਜੀ, ਮੇਰੀ ਵਾਈਫ ਨਾਲ ਚੁਪਹਿਰਾ ਸਾਹਿਬ ਪਾਠ ਕਰਦੀ ਸੀ, ਬਾਬਾ ਦੀਪ ਸਿੰਘ ਜੀ ਜੋਤ ਲਾਉਣ ਲੱਗੇ ਹਰੇ ਐਤਵਾਰ ਆਪਣਾ ਪਾਠ ਸਿਮਰਨ ਕਰਦੀ ਸੀਗੀ ਅਤੇ ਨਿਤਨੇਮ ਕਰਦੀ ਸੀ ਹਰ ਵੇਲੇ। ਇਹ ਧੀ ਦੀ ਦਾਤ ਬਖਸ਼ ਪਰਮਾਤਮਾ ਨੇ, ਪਰ ਪਰਮਾਤਮਾ ਸਾਡੀ ਸੁਣੀ ਆ ਅਤੇ ਵਾਹਿਗੁਰੂ ਜੀ ਮੈਂ ਧੰਨਵਾਦ ਕਰਦਾ ਅਤੇ ਸਾਡੇ ਘਰ ਇਸ ਦਾਸ ਨੂੰ ਧੀ ਦੀ ਬਖਸ਼ਿਸ਼ ਕੀਤੀ।